ਹਾਈ ਟੈਕ ਦੀ ਹੋਈ ਹੈਗੀ ਆ। ਹਾਈ ਟੈਕ ਤੋਂ ਆਪਾਂ ਗੱਲ ਸ਼ੁਰੂ ਕਰਾਂਗੇ। ਗ੍ਰਾਂਟਾਂ ਸਾਰਿਆਂ ਪਿੰਡਾਂ ਨੂੰ ਮਿਲਦੀਆਂ, NRI ਵੀਰ ਜਿਹੜੇ ਆ ਸਾਰਿਆਂ ਪਿੰਡਾਂ ਦੇ ਵਿੱਚ ਗਏ ਹੋਏ ਨੇ। ਪਿੰਡ ਮਾਣਕਾ ਪਹੁੰਚ ਕੇ ਦੇਖ ਲਿਓ ਤੁਸੀਂ, ਕੱਪ ਫਗਵਾੜਾ ਤੋਂ ਮਾਲਪੁਰ ਸਾਈਡ ਨੂੰ ਈਸਪੁਰ ਵਾਲੀ ਰੋਡ 'ਤੇ ਜਿਹੜਾ ਹੈ ਇਹ 8-7 ਕਿਲੋਮੀਟਰ ਦੇ ਦੂਰੀ 'ਤੇ ਪੈਂਦਾ ਹੈਗਾ। ਤੁਸੀਂ ਸੁੰਦਰਤਾ ਸ਼ਬਦ ਦੀ ਪਰਿਭਾਸ਼ਾ ਸਮਝਣੀ ਹੋਵੇ ਤਾਂ ਪਿੰਡ ਮਾਣਕਾ ਦੇ ਵਿੱਚ ਆ ਕੇ ਤੁਸੀਂ ਸਮਝ ਸਕਦੇ ਆ। ਆਪਾਂ ਗੱਲ ਕਰਦੇ ਹਾਂ ਵੀਰ ਨਾਲ ਪਿੰਡ ਮਾਣਕਾ ਤੋਂ ਨੇ। ਹਾਂਜੀ, ਜਿਹੜੀ ਸੁੰਦਰਤਾ ਦੀ ਗੱਲ ਕਰੀ ਹੈਗੀ ਆ ਤੁਸੀਂ, ਇਹ ਸੋਚ ਜਿਹੜੀ ਆ ਨਾ, ਇਹਦਾ ਸੋਚ ਦਾ ਫਰਕ ਹੁੰਦਾ ਹੈ ਜੀ। ਹਰ ਪਿੰਡ ਦੇ NRI ਵੀਰ ਬਾਹਰ ਬੈਠੇ ਨੇ, ਬਹੁਤ ਪੈਸੇ ਵਾਲੇ ਸਰਮਾਏ ਵਾਲੇ ਵੀ ਹੈਗੇ ਆ, ਗ੍ਰਾਂਟਸ ਵੀ ਆਉਂਦੀਆਂ ਆ। ਗ੍ਰਾਂਟਸ ਜਿਹੜੀਆਂ ਆਮ ਤੌਰ ਦੇ ਉੱਤੇ ਪਿੰਡਾਂ 'ਚ ਆਉਂਦੀਆਂ ਹੁੰਦੀਆਂ, ਗਲੀਆਂ ਨਾਲੀਆਂ, ਗਲੀਆਂ ਵੀ ਪੱਕੀਆਂ ਆ ਅਤੇ ਨਾਲੀਆਂ ਵੀ ਪੱਕੀਆਂ। ਮੈਨੂੰ ਲੱਗਦਾ 62 ਤੋਂ ਬਾਅਦ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਸਾਰੀਆਂ ਪੱਕੀਆਂ ਹੀ ਹੋ ਗਈਆਂ, ਕੱਚੀ ਕੋਈ ਨਹੀਂ ਰਹੀ ਨਹੀਂ। ਆਮ ਪਿੰਡਾਂ 'ਚ ਕੀ ਹੁੰਦਾ ਕਿ ਉਹੀ ਗਲੀ ਪੱਟ ਲਈ, ਉਹੀ ਦੁਆਰਾ ਬਣਾਤੀ, ਉਹੀ ਨਾਲੀ ਪੱਟ ਲਈ, ਉਹੀ ਦੁਆਰਾ ਬਣਾਤੀ। ਪਰ ਸਾਡੇ ਪਿੰਡ ਦੀ ਇੱਕ ਸੋਚ ਅਲੱਗ ਹੈ। ਤੁਸੀਂ ਦੇਖੋ ਬੂਥ ਲੱਗੇ ਹੋਏ ਆ, ਅਲੱਗ ਅਲੱਗ ਪਾਰਟੀਜ਼ ਇੱਥੇ ਕੰਮ ਕਰਦੀਆਂ ਪਈਆਂ, ਪਰ ਜਦੋਂ ਪਿੰਡ ਦੀ ਕੋਈ ਭਲਾਈ ਦਾ ਕੰਮ ਆਉਂਦਾ ਜਾਂ ਕੋਈ ਭਲਾਈ ਦਾ ਮੁੱਦਾ ਆਉਂਦਾ ਹੈ, ਉਸ ਸਮੇਂ ਅਸੀਂ ਕੋਈ ਪਾਰਟੀਬਾਜ਼ੀ ਨਹੀਂ ਕਰਦੇ। ਅਸੀਂ ਇਕੱਠੇ ਹੋ ਕੇ ਇੱਕ ਪਿੰਡ ਦੇ ਹਿੱਤ ਨੂੰ ਅੱਗੇ ਰੱਖ ਕੇ ਜਿਹੜਾ ਉਹ ਚੱਲਦੇ ਹੈਗੇ ਹਾਂ, ਔਰ ਇਹਦਾ ਨਤੀਜਾ ਜਿਹੜਾ ਤੁਹਾਡੇ ਸਾਹਮਣੇ ਹੈਗਾ ਹੈ। ਔਰ NRI ਵੀਰ ਸਾਡੇ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦਾ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਫਗਵਾੜਾ ਤਹਿਸੀਲ ਦੇ ਜਿਹੜੇ 4 ਪਿੰਡ ਸਾਡੇ ਹੈਗੇ ਆ, ਇਹ ਲਾਸਟ ਪਿੰਡ ਹੈ ਕਪੂਰਥਲਾ ਡਿਸਟ੍ਰਿਕਟ ਦੇ। ਅਸੀਂ ਰਿਆਸਤੀ ਪਿੰਡ ਹੈ। ਬਹੁਤਿਆਂ ਨੂੰ ਇਹ ਨਹੀਂ ਪਤਾ ਹੈਗਾ ਕਿ ਅਸੀਂ ਮਹਾਰਾਜਾ ਕਪੂਰਥਲਾ ਜਗਤਜੀਤ ਸਿੰਘ ਦੀ ਰਿਆਸਤ ਹੈ ਮਾਣਕਾ ਪਿੰਡ ਜਿਹੜਾ ਆ। ਇਸੇ ਕਰਕੇ ਸਾਡੇ ਡਿਸਟ੍ਰਿਕਟ ਨਵਾਂਸ਼ਹਿਰ ਜਿਹੜਾ ਸਾਡੇ ਵਿਚਕਾਰ ਆ ਜਾਂਦਾ, SBS ਨਗਰ ਸਾਡੇ ਵਿਚਕਾਰ ਆ ਜਾਂਦਾ, ਉਸ ਤੋਂ ਬਾਅਦ ਅਸੀਂ ਫਿਰ ਫਗਵਾੜਾ ਸਟਾਰਟ ਹੋ ਜਾਂਦੇ ਹੈਗੇ। ਔਰ ਇਹ ਸਾਡੀ ਬੜੀ ਮਾਣ ਦੀ ਗੱਲ ਹੈ ਸਾਡੇ ਵਾਸਤੇ ਕਿ ਅਸੀਂ ਇਹ ਪਿੰਡ ਨੂੰ ਇੰਨਾ ਸੁੰਦਰ ਬਣਾਇਆ ਕਿ ਅੱਜ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਔਰ ਬਾਹਰਲੇ ਜਿਹੜੇ ਸਟੇਟਾਂ ਤੋਂ ਲੋਕ ਹੈਗੇ ਆ ਸਾਡੇ ਪਿੰਡ ਨੂੰ ਦੇਖਣ ਆਉਂਦੇ ਹੈਗੇ ਆ। ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਸਾਡੇ NRI ਵੀਰ ਜਿਹੜੇ ਆ, ਜਿੱਥੇ ਸਰਕਾਰ ਦਾ ਯੋਗਦਾਨ ਰਿਹਾ ਉੱਥੇ NRI ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਪਿੰਡ ਨੂੰ ਹਾਈਟੈਕ ਕਰਨ ਦੇ ਵਿੱਚ। ਅੱਜ ਸਾਰਾ ਪਿੰਡ ਜਿਹੜਾ ਆ CCTV ਕੈਮਰੇ ਨਾਲ ਲੈਸ ਹੈ। ਹਰ ਪਿੰਡ ਦੇ ਨਾਗਰਿਕ ਦੇ ਕੋਲ ਲਿੰਕ ਹੈ, ਉਹ ਦੇਸ਼ਾਂ ਵਿਦੇਸ਼ਾਂ 'ਚ ਬੈਠਾ ਆਪਣੇ 24 ਘੰਟੇ ਆਪਣੇ ਪਿੰਡ ਨੂੰ ਵੇਖ ਸਕਦਾ ਹੈ, ਨਜ਼ਰ ਰੱਖ ਸਕਦਾ ਹੈ। ਮਤਲਬ ਹਰ ਉਹ ਸੁੱਖ ਸਹੂਲਤ ਪਿੰਡ ਦੇ ਵਿੱਚ ਮੌਜੂਦ ਹੈਗੀ ਆ ਜਿਹੜੀ ਹੋਣੀ ਚਾਹੀਦੀ ਆ। 2 ਬੈਂਕਾਂ ਦੀਆਂ ਬ੍ਰਾਂਚਾਂ ਹੈਗੀਆਂ ਆ, ਡਿਸਪੈਂਸਰੀ ਹੈ, ਪ੍ਰਾਇਮਰੀ ਸਕੂਲ ਹੈਗਾ ਆ, ਮਿਡਲ ਸਕੂਲ ਹੈਗਾ ਆ, ਪ੍ਰਾਈਵੇਟ ਸਕੂਲ ਹੈਗੇ ਆ। ਫਿਰ ਇਸ ਤੋਂ ਇਲਾਵਾ ਜਿਹੜਾ ਸਾਡਾ ਖੇਡ ਸਟੇਡੀਅਮ ਬਣਿਆ ਹੋਇਆ ਪਿੰਡ ਦੇ ਵਿੱਚ, ਤੁਸੀਂ ਜਾ ਕੇ ਦੇਖੋ, ਉਹ ਮੈਨੂੰ ਲੱਗਦਾ ਆਸ ਪਾਸ ਦੇ ਪਿੰਡਾਂ 'ਚ ਤੱਕ ਹੀ, ਫਗਵਾੜਾ ਸ਼ਹਿਰ ਦੇ ਵਿੱਚ ਵੀ ਇਹੋ ਜਿਹਾ ਸਟੇਡੀਅਮ ਤੁਹਾਨੂੰ ਨਹੀਂ ਮਿਲੇਗਾ ਜਿਸ ਤਰ੍ਹਾਂ ਦਾ ਸਾਡੇ ਪਿੰਡ ਦੇ ਵਿੱਚ ਸਟੇਡੀਅਮ ਹੈਗਾ। ਔਰ ਫੁੱਲੀ ਸੀਵਰੇਜ ਪਿਆ ਹੋਇਆ ਹੈ ਪਿੰਡ ਦੇ ਵਿੱਚ, ਔਰ ਸਾਫ਼ ਸਫਾਈ ਦੇ ਜਿਹੜੇ ਪ੍ਰਬੰਧ ਲਈ ਵਾਸਤੇ ਜਿਹੜੇ ਆ ਸਾਡੇ ਕੋਲ ਮੁਲਾਜ਼ਮ ਅਵੇਲੇਬਲ ਨੇ। ਪੰਚਾਇਤ ਵੀ ਉਹਨਾਂ ਦੇ ਨਾਲ ਰਲ ਕੇ ਕੰਮ ਕਰਦੀ ਹੈ, ਤਾਂ ਹੀ ਇਹ ਜਿਹੜਾ ਆ ਪ੍ਰੋਗਰੈਸ ਹੋ ਰਹੀ ਹੈਗੀ ਆ। ਗੱਲ ਸੀਵਰੇਜ ਦੀ ਤੁਸੀਂ ਕੀਤੀ ਹੈਗੀ ਆ, ਸੀਵਰੇਜ 'ਤੇ ਵੀ ਥੋੜ੍ਹਾ ਜਿਹਾ ਚਾਨਣਾ ਤੁਹਾਡੇ ਕੋਲੋਂ ਪਵਾ ਲੈਂਦੇ ਹਾਂ। ਆਮ ਪਿੰਡਾਂ ਦੇ ਵਿੱਚ ਸੀਵਰੇਜ ਜਿਹੜੇ ਪਏ ਹੋਏ ਨੇ, ਪਾਣੀ ਦੱਖਣ ਵੱਲ ਨੂੰ ਉਹਦੀ ਲੋਟ ਕੀਤਾ ਜਾਂਦਾ ਅਤੇ ਉਹ ਜਦੋਂ ਉਹਨੂੰ ਵਰਤਿਆ ਜਾਂਦਾ ਸੀਵਰੇਜ ਨੂੰ ਤਾਂ ਪੱਛਮ ਵੱਲ ਨੂੰ ਦਰਿਆ ਹੁੰਦਾ। ਤੋ ਇੱਥੇ ਤੁਸੀਂ ਜਿਹੜਾ ਸੀਵਰੇਜ ਪਵਾਇਆ ਹੈਗਾ ਆ, ਉਹ ਕਿਸੇ ਇੰਜੀਨੀਅਰਿੰਗ ਤੋਂ ਇੰਜੀਨੀਅਰ ਤੋਂ ਉਹਦਾ ਕੋਈ ਲੈਵਲ ਕਢਾਇਆ ਜਾਂ ਕੋਈ ਇੰਜੀਨੀਅਰਿੰਗ ਕਰਵਾਈ ਹੈਗੀ ਆ, ਜਾਂ ਤੁਸੀਂ ਵੀ ਬਾਕੀ ਪਿੰਡਾਂ ਵਾਂਗੂ ਉੱਦਾਂ ਹੀ ਦੱਬਤਾ ਥੱਲੇ? ਜਿਹੜਾ ਸੀਵਰੇਜ ਪਾਇਆ ਗਿਆ ਜੀ, ਇਹ ਗੱਲ ਤੁਹਾਡੀ ਸਹੀ ਹੈ ਕਿ ਇੰਜੀਨੀਅਰਿੰਗ ਲਾਈਨ ਦਾ ਇਹ ਕਿੱਤਾ ਹੁੰਦਾ, ਪਰ ਅਸੀਂ ਉਹ ਇੰਜੀਨੀਅਰ ਵਰਤੇ ਜਿਹੜੇ ਸਾਡੇ ਬਜ਼ੁਰਗ ਸਾਡੇ ਸੀਗੇ, ਕਿਉਂਕਿ ਬਜ਼ੁਰਗਾਂ ਤੋਂ ਵੱਡਾ ਮੈਂ ਅੱਜ ਤੱਕ ਕੋਈ ਇੰਜੀਨੀਅਰ ਨਹੀਂ। ਤੁਸੀਂ ਪੁਰਾਣੀਆਂ ਇਮਾਰਤਾਂ ਦੇਖ ਲਓ, ਬਜ਼ੁਰਗਾਂ ਦੀਆਂ ਬਣੀਆਂ 200-200 ਸਾਲ, 150-150 ਸਾਲ ਹੋ ਗਏ, ਉਹ ਹਜੇ ਤੱਕ ਨਹੀਂ ਹਿਲੀਆਂ। ਆ ਨਾਲ ਹੀ ਸਾਡੇ ਇੱਥੇ ਜਲ ਦੇਵਤੇ ਦਾ ਮੰਦਿਰ ਹੈ ਖੇੜੀ, ਉੱਥੇ ਬੇਈ ਹੈ, ਕਾਲੀ ਬੇਈ ਜਿਹਨੂੰ ਕਹਿੰਦੇ, ਉਹਦੇ ਥੱਲੇ ਅੱਜ ਵੀ ਡਾਟ ਲੱਗਾ ਹੋਇਆ ਪੁਲ ਬਣਿਆ ਹੋਇਆ ਜਿਹੜਾ ਅੱਜ ਤੱਕ ਨਹੀਂ ਹਿੱਲਿਆ। ਸਾਡੇ ਕੰਕਰੀਟ ਦੇ ਪੁਲ ਜਿਹੜੇ ਟੁੱਟ ਜਾਂਦੇ, ਉਹ ਡਾਟ ਵਾਲਾ ਪੁਲ ਨਹੀਂ ਹਿੱਲਿਆ, ਉਹਨਾਂ ਦੀ ਟੈਕਨੀਕ ਹੈ। ਸਾਡੇ ਬਜ਼ੁਰਗਾਂ ਨੇ ਪਿੰਡ ਦੇ ਚਾਰੇ ਸਾਈਡਾਂ ਦੇ ਉੱਤੇ ਛੱਪੜ ਛੱਡੇ ਹੁੰਦੇ ਸੀਗੇ, ਜਿਹੜੇ ਹੁਣ ਸਮੇਂ ਦੇ ਵਿੱਚ ਲੋਕਾਂ ਨੇ ਉਪੂਰ ਪਾਰ ਦਿੱਤੇ, ਖਤਮ ਕਰ ਲਏ, ਇਸੇ ਕਰਕੇ ਸਾਡੀ ਡਰੇਨ ਦੀ ਜਿਹੜੀ ਸਮੱਸਿਆ ਬਣ ਗਈ। ਪਰ ਅਸੀਂ ਜਿਹੜੇ ਮਾਣਕਾ ਵਾਸੀ ਸੀਗੇ, ਅਸੀਂ ਨਗਰ ਨਿਵਾਸੀਆਂ ਨੇ ਉਹਨਾਂ ਛੱਪੜਾਂ ਨੂੰ ਯੂਜ਼ ਕੀਤਾ,
ਅਸੀਂ ਉਹਨਾਂ ਛੱਪੜਾਂ ਤੱਕ ਸੀਵਰੇਜ ਨੂੰ ਲੈ ਕੇ ਗਏ ਹਾਂ ਔਰ ਉਹ ਛੱਪੜ ਜਿਹੜੇ ਸਾਡੇ ਪਹਿਲੀ ਨਿਕਾਸੀ ਦਾ ਇੱਕ ਬਹੁਤ ਅੱਛਾ ਸਰੋਤ ਸੀਗੇ। ਜਦੋਂ ਸਾਡੇ ਕੋਲ ਪਾਣੀ ਜ਼ਿਆਦਾ ਆਉਂਦਾ ਆ ਤਾਂ ਉਹ ਡਰੇਨ ਹੁੰਦੇ ਆ ਛੱਪੜ, ਜਿਹੜੇ ਕਾਲੀ ਵੇਈ ਦੇ ਵਿੱਚ ਜਾ ਕੇ ਪਾਣੀ ਨਿਕਲ ਜਾਂਦਾ, ਉਹਨਾਂ ਦਾ ਡਰੇਨ ਹੋ ਜਾਂਦਾ ਖੇਤਾਂ ਵਿੱਚ ਦੀ ਹੋ ਕੇ ਨਿਕਲ ਜਾਂਦਾ, ਕਿਉਂਕਿ ਬਾਰਿਸ਼ ਦਾ ਪਾਣੀ ਹੀ ਵੱਧਦਾ ਆ, ਵੈਸੇ ਤਾਂ ਪਾਣੀ ਉਹਨਾਂ ਦਾ ਕਦੇ ਬਾਹਰ ਨਹੀਂ ਆਉਣਾ। ਛੱਪੜਾਂ 'ਚ ਡਰੇਨਿੰਗ ਸਿਸਟਮ ਜਿਹੜੀ ਅਸੀਂ ਪੁਰਾਤਨ ਜਿਹੜੀ ਸਾਡੇ ਬਜ਼ੁਰਗਾਂ ਨੇ ਬਣਾਈ ਹੋਈ ਸੀ ਅਸੀਂ ਉਹਨੂੰ ਸੀਵਰੇਜ ਦੇ ਰੂਪ ਦੇ ਵਿੱਚ ਵਰਤਿਆ, ਇਸ ਕਰਕੇ ਸਾਡੇ ਪਾਣੀ ਦੀ ਸਮੱਸਿਆ ਨਹੀਂ ਰਹਿੰਦੀ ਹੈ। ਮਤਲਬ ਤੁਸੀਂ ਕਹਿ ਸਕਦੇ ਹੋ ਕਿ ਟ੍ਰੈਡੀਸ਼ਨਲ ਇੰਜੀਨੀਅਰਿੰਗ ਯੂਜ਼ ਕੀਤੀ ਗਈ ਆ? ਬਿਲਕੁਲ ਬਿਲਕੁਲ, ਟ੍ਰੈਡੀਸ਼ਨਲ ਇੰਜੀਨੀਅਰਿੰਗ ਨੂੰ ਅਸੀਂ ਪ੍ਰੈਫਰੈਂਸ ਦਿੱਤੀ ਹੈਗੀ ਆ, ਉਹ ਯੂਜ਼ ਕੀਤੀ ਗਈ ਆ। ਸਾਡੀ NRI ਵੀਰਾਂ ਦੀ ਸੋਚ ਵੀ ਇਹੀ ਸੀਗਾ, ਕਿਉਂਕਿ ਵਿਰਸਾ ਵੀ ਸੰਭਾਲਣਾ ਬਹੁਤ ਜ਼ਰੂਰੀ ਹੁੰਦਾ। ਹਾਈਟੈਕ ਦੇ ਨਾਂ ਦੇ ਉੱਤੇ ਕਈ ਵਾਰੀ ਅਸੀਂ ਵਿਰਸਾ ਗਵਾ ਬੈਠਦੇ ਹੈਗੇ ਆ। ਤੁਸੀਂ ਆਮ ਤੌਰ 'ਤੇ ਦੇਖ ਲਓ ਅਸੀਂ ਪੁਰਾਣੀਆਂ ਇਮਾਰਤਾਂ ਨੂੰ ਹਾਈਟੈਕ ਦੇ ਨਾਂ ਦੇ ਉੱਤੇ ਹੀ ਉਜਾੜੀ ਜਾ ਰਹੇ ਹੈਗੇ ਆ, ਅਤੇ ਇਸ ਕਰਕੇ ਵਿਰਸਾ ਸੰਭਾਲਣਾ ਵੀ ਬਹੁਤ ਜ਼ਰੂਰੀ ਹੈ। ਉਹ ਵੀ ਸੰਭਾਲਿਆ ਹੋਇਆ ਪਰ ਨਾਲ ਨਾਲ ਅਸੀਂ ਪਿੰਡ ਨੂੰ ਹਾਈਟੈਕ ਵੀ ਕਰਿਆ ਹੋਇਆ ਹੈ। ਸੋ ਇਹ ਸਨ ਮਾਣਕਾਂ ਤੋਂ ਦੇ ਵਸਨੀਕ ਜਿਹੜੇ ਆਪਣੇ ਪਿੰਡ ਦੇ ਹਾਈਟੈਕ ਦੀ ਡੈਫੀਨੇਸ਼ਨ ਦੱਸ ਰਹੇ ਸਨ। ਬਾਕੀ ਤੁਹਾਨੂੰ ਅਸੀਂ ਤਸਵੀਰਾਂ ਰਾਹੀਂ ਵੀ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਹਾਈਟੈਕ ਕੀ ਹੁੰਦਾ ਹੈਗਾ। ਕੱਢਦੀ ਬਸ ਆਇਓ ਵੀਰ ਜੀ, ਤੁਸੀਂ ਆਪਾਂ ਗੱਲ ਕਰਦੇ ਹੈਗੇ ਹਾਂ ਪਿੰਡ ਮਾਣਕਾਂ ਦੇ ਹਾਈਟੈਕ ਦੀ। ਧਿਆਨ ਇੱਧਰ ਰੱਖੋ ਵੀਰ ਜੀ, ਚੱਲਦੀਆਂ ਰੈੱਡ ਲਾਈਟਾਂ। ਇੱਕ ਖਾਸ ਗੱਲ ਮਾਣਕਾਂ ਦੇ ਪਿੰਡ ਦੀ ਹਾਈਟੈਕ ਦੀ, ਹਾਈਟੈਕ ਸ਼ਬਦ ਜਿਹੜਾ ਇਹਨਾਂ ਨੇ ਯੂਜ਼ ਕੀਤਾ ਸੀ ਉਹਦਾ ਤੁਹਾਨੂੰ ਨਮੂਨਾ ਦਿਖਾਉਂਦੇ ਹਾਂ ਅਸੀਂ। ਸਾਹਮਣੇ ਇੱਕ ਕੈਮਰਾ ਲੱਗਾ ਹੋਇਆ ਸਾਹਮਣੇ, ਉਹ ਬੜਾ ਮੇਰਾ ਖਿਆਲ ਕੈਮਰਾ ਖਰਾਬ ਹੈ ਹੁਣ, ਨਹੀਂ ਚੱਲਦੇ ਪਏ ਜੀ, ਉਸ ਟੈਂਕੀ 'ਤੇ ਲੱਗੇ ਹੋਏ ਉੱਪਰ ਕੈਮਰੇ 'ਤੇ ਲੱਗੇ ਹੋਏ ਜੀ। ਆਪਾਂ ਲੱਗੇ ਹੋਏ ਕੈਮਰੇ, ਇਹ ਲਾਈਟ ਹੈਗੀ, ਆਪਾਂ ਕੈਮਰਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਪਿੰਡ ਮਾਣਕਾ ਨੂੰ ਤੁਸੀਂ ਪੂਰੇ ਵਰਲਡ ਦੇ ਵਿੱਚ ਲਾਈਵ ਕਿਤੇ ਵੀ ਦੇਖ ਸਕਦੇ ਹੋ, ਸ਼ਾਇਦ ਆਪਣੇ ਇੰਡੀਆ ਔਰ ਪੰਜਾਬ ਦੇ ਵਿੱਚ ਇੱਦਾਂ ਦਾ ਕੋਈ ਪਿੰਡ ਹੋਣਾ ਹੀ ਨਹੀਂ ਹੈਗਾ। ਆਪਾਂ ਤੁਹਾਨੂੰ ਦਿਖਾਵਾਂਗੇ, ਉਹ ਸਾਹਮਣੇ ਕੈਮਰਾ ਜਿਹੜਾ ਲੱਗਾ ਹੈਗਾ ਆ ਇਹ ਪੂਰੇ ਵਰਲਡ ਵਿੱਚ ਪੂਰੇ ਮਾਣਕਾ ਨੂੰ ਦਿਖਾ ਰਿਹਾ ਹੈਗਾ ਆ, ਪੂਰਾ ਪਿੰਡ ਹਾਈਟੈਕ ਕੀਤਾ ਹੋਇਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀਰ ਜੀ, ਇੱਦਾਂ ਦੀ ਸੋਚ ਤੁਹਾਨੂੰ ਕਿੱਥੋਂ, ਮਤਲਬ ਕਿੱਦਾਂ ਤੁਹਾਡੇ ਦਿਮਾਗ 'ਚ ਇਹ ਆਇਆ ਕਿ ਸਾਰੇ ਪਿੰਡ ਨੂੰ? ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਾਡੇ NRIs ਦਾ ਬਹੁਤ ਵੱਡਾ ਯੋਗਦਾਨ ਹੈ, ਮਾਨਕ ਬ੍ਰਦਰਸ ਦਾ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ। ਇਹ ਸੋਚ ਸੀਗੀ ਉਹਨਾਂ ਦੀ, ਇਹ ਕਰੀਬ 87 ਦੇ ਕਰੀਬ ਜਿਹੜੇ ਆ ਕੈਮਰੇ ਪਿੰਡ ਦੇ ਵਿੱਚ ਚੱਲਦੇ ਪਏ ਹੈਗੇ ਆ, ਜਿਹੜੇ ਇੰਟਰਨਲ ਵਿਲੇਜ ਦੇ ਅੰਦਰ ਚੱਲਦੇ ਪਏ ਆ। ਇਸ ਤੋਂ ਇਲਾਵਾ ਆਸੇ ਪਾਸੇ ਜਿਹੜੀ ਸਾਡੀ ਬਾਉਂਡਰੀ ਹੈਗੀ ਆ, ਕਰੀਬ ਕਰੀਬ 100 ਮੀਟਰ ਤੱਕ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਪਿੰਡ ਤੋਂ ਬਾਹਰ ਤੱਕ, ਉੱਥੇ ਵੀ ਤਕਰੀਬਨ 30 ਤੋਂ ਉੱਪਰ ਕੈਮਰੇ ਜਿਹੜੇ ਆ ਚੱਲਦੇ ਪਏ ਆ। ਔਰ ਇਹ ਯੂਟਿਊਬ ਦੇ ਨਾਲ ਲਿੰਕਡ ਹੈ, 24 ਘੰਟੇ ਜਿਹੜਾ ਆ ਸਾਡਾ ਲਾਈਵ ਜਿਹੜਾ ਯੂਟਿਊਬ ਦੇ ਉੱਤੇ ਆਉਂਦਾ ਆ, ਸਾਡਾ ਮਾਨਕ ਵਿਲੇਜ ਜਿਹੜਾ ਆ ਇਹ ਯੂਟਿਊਬ ਦੇ ਨਾਲ ਲਿੰਕ ਹੈ। ਔਰ ਸਾਡੇ ਜਿੰਨੇ ਵੀ ਵਿਦੇਸ਼ਾਂ 'ਚ ਬੈਠੇ ਹੋਏ, ਚਾਹੇ ਇੱਥੇ ਬਾਹਰਲੀਆਂ ਸਟੇਟਾਂ ਦੇ ਵਿੱਚ ਬੈਠੇ ਹੋਏ ਸਾਡੇ ਵੀਰ ਨੇ, ਨਗਰ ਨਿਵਾਸੀ ਨੇ, ਜਾਂ ਕੋਈ ਆਪਣੇ ਕਾਰੋਬਾਰ ਸੰਬੰਧ ਦੇ ਵਿੱਚ ਕੋਈ ਗੱਡੀ 'ਤੇ ਹੈਗਾ ਆ, ਕੋਈ ਟਰਾਂਸਪੋਰਟ ਬਿਜ਼ਨਸ ਨਾਲ ਜੁੜਿਆ ਹੋਇਆ, ਉਹ 24 ਘੰਟੇ ਜਿਹੜਾ ਆ ਲਾਈਵ ਹੋ ਕੇ ਆਪਣੇ ਪਿੰਡ ਦੇ ਨਾਲ ਜੁੜਿਆ ਹੋਇਆ ਔਰ ਉਹਨਾਂ ਨੂੰ ਦੇਖ ਸਕਦਾ ਹੈਗਾ ਆ। ਤੁਸੀਂ ਯੂਟਿਊਬ ਤੋਂ ਲਿੰਕ ਕੱਢ ਕੇ ਦੇਖ ਸਕਦੇ ਹੋ, ਇਹ ਗੱਲ ਕੋਈ ਝੂਠ ਨਹੀਂ। ਸ਼ਾਇਦ ਤੁਹਾਨੂੰ ਇਹ ਗੱਲ ਜਿਹੜੀ ਹੈਗੀ ਆ ਉਹ ਮਜ਼ਾਕ ਲੱਗੇ ਕਿ ਪਿੰਡ ਮਾਣਕਾਂ ਜਿਹੜਾ ਆ ਉਹ ਯੂਟਿਊਬ 'ਤੇ ਜਿਹੜੀਆਂ ਇੱਥੋਂ ਦੀਆਂ ਗਲੀਆਂ ਸੜਕਾਂ ਸਭ ਕੁਝ ਜਿਹੜਾ ਹੈਗਾ ਆ ਉਹ ਯੂਟਿਊਬ 'ਤੇ ਲਾਈਵ ਦੇਖਿਆ ਜਾ ਸਕਦਾ ਕਿ ਪਿੰਡ ਦੀ ਐਕਟੀਵਿਟੀ ਕੀ ਹੁੰਦੀ ਆ। ਇੱਕ ਪ੍ਰਾਈਵੇਸੀ ਨਾਂ ਦੀ ਚੀਜ਼ ਆਉਂਦੀ ਆ ਨਾ, ਜੇ ਅਸੀਂ ਆਪਾਂ ਕੋਈ ਕੈਮਰਾ ਲਾ ਲੈਂਦੇ ਗੁਆਂਢੀ ਇਤਰਾਜ਼ ਕਰਦਾ ਕਿ ਸਾਡੀ ਪ੍ਰਾਈਵੇਸੀ 'ਚ ਖਲਣ ਪੈ ਗਿਆ, ਇੱਦਾਂ ਦਾ ਕੋਈ ਝੰਜਰ ਤਾਂ ਨਹੀਂ ਆਇਆ ਕਦੇ ਵੀ? ਨਹੀਂ, ਸਾਡੇ ਪਿੰਡ 'ਚ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਦੱਸ ਦਿੱਤੀ ਹੈਗੀ ਕਿ ਸਾਡੇ ਪਿੰਡ ਦੇ ਵਿੱਚ ਜਿਹੜੀ ਪਾਰਟੀਬਾਜ਼ੀ ਹੈਗੀ ਆ ਨਾ, ਇਹਨੂੰ ਅਸੀਂ ਕਦੇ ਆਪਣੇ ਮਨਾਂ 'ਚ ਨਹੀਂ ਆਉਣ ਦਿੱਤਾ ਹੈਗਾ, ਅਸੀਂ ਪਿੰਡ ਦੇ ਵਿਕਾਸ ਦੇ ਲਈ ਇਹ ਚੀਜ਼ਾਂ ਨੂੰ ਨਹੀਂ ਅੱਗੇ ਆਉਣ ਦਿੱਤਾ।
ਜਿਹੜਾ ਜਿੰਨਾ ਵੀ ਕੈਮਰਾ ਲੱਗਾ ਹੋਇਆ, ਚਾਹੇ ਗੁਰੂ ਘਰ ਦੇ ਵਿੱਚ ਲੱਗੇ ਹੋਏ ਨੇ, ਚਾਹੇ ਗਲੀਆਂ 'ਚ ਲੱਗੇ ਹੋਏ ਨੇ, ਸਾਡੇ ਸਟੇਡੀਅਮ 'ਚ ਲੱਗੇ ਹੋਏ ਨੇ, ਸਾਡੀ ਵਾਟਰ ਸਪਲਾਈ ਦੀ ਟੈਂਕੀ, ਸਾਡੇ ਪਾਰਕ ਦੇ ਵਿੱਚ ਔਰ ਪਿੰਡ ਦੇ ਆਸੇ ਪਾਸੇ ਚਾਰੇ ਪਾਸੇ ਜਿਹੜੇ ਕੈਮਰੇ, ਕੋਈ ਇੱਕ ਕੈਮਰੇ ਦੇ ਉੱਤੇ ਵੀ ਕਿਸੇ ਵੀ ਨਗਰ ਨਿਵਾਸੀ ਨੇ ਕੋਈ ਇਤਰਾਜ਼ ਨਹੀਂ ਕੀਤਾ, ਜਿਹੜਾ ਆ ਉਹ ਉਹਨੂੰ ਜਾਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਬਹੁਤ ਖੂਬੀ ਔਰ ਸਲਾਘਾ ਹਰ ਜਗ੍ਹਾ ਤੋਂ ਸਾਡੀ ਹੋਈ ਹੈ ਔਰ ਬਹੁਤ ਸੁੰਦਰ ਤਰੀਕੇ ਦੇ ਨਾਲ ਜਿਹੜਾ ਆ ਇਹਨਾਂ ਨੂੰ ਮੇਨਟੇਨੈਂਸ ਕੀਤਾ ਜਾ ਰਿਹਾ। ਮੈਂ ਰੋਕਣ ਤੋਂ ਜਾਂ ਪ੍ਰਾਈਵੇਸੀ ਸ਼ਬਦ ਤੋਂ ਮੈਂ ਸ਼ਾਇਦ ਸਹੀ ਢੰਗ ਨਾਲ ਐਕਸਪਲੇਨ ਨਹੀਂ ਕਰ ਸਕਿਆ। ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਰੋਕਣਾ, ਉਹਦਾ ਮਤਲਬ ਇਹ ਹੁੰਦਾ ਨਾ ਖੇਡਣਾ ਨਾ ਖੇਡਣ ਦੇਣਾ, ਖੁੱਤੀ ਸਮਥਿੰਗ ਤੁਸੀਂ ਆਪੇ ਸਮਝਦੇ ਆ ਨਾ, ਮਤਲਬ ਕੰਮ ਰੋਕਣਾ ਨਹੀਂ। ਇਹ ਇਸ ਤਰ੍ਹਾਂ ਦੀ ਕਦੇ ਸਿਚੁਏਸ਼ਨ ਸਾਡੇ ਪਿੰਡ ਦੇ ਵਿੱਚ ਆਈ ਨਹੀਂ ਹੈਗੀ, ਟੱਚ ਵੁੱਡ ਨਾ ਆਵੇ, ਪਰਮਾਤਮਾ ਦੀ ਬੜੀ ਬਖਸ਼ਿਸ਼ ਹੈ ਪਿੰਡ ਦੇ ਉੱਤੇ, ਇਸ ਤਰ੍ਹਾਂ ਦੀ ਸਮੱਸਿਆ ਕਦੇ ਨਹੀਂ ਆਈ। ਤੁਸੀਂ ਦੇਖ ਸਕਦੇ ਹੋ ਕਿ ਮਾਨਕਾ ਪਿੰਡ ਦੇ ਵਸਨੀਕ ਦੱਸ ਰਹੇ ਨੇ ਕਿ ਜਿਹੜੀਆਂ ਸਿਆਸੀ ਪਾਰਟੀਆਂ ਸਾਡੀ ਜ਼ਿੰਦਗੀ ਨਹੀਂ, ਜ਼ਿੰਦਗੀ ਦਾ ਹਿੱਸਾ ਹੋ ਸਕਦੀਆਂ, ਜਿਹੜੀ ਸਦਭਾਵਨਾ ਆ, ਆਪਸੀ ਭਾਈਚਾਰਾ ਇਸ ਪਿੰਡ ਦੇ ਵਿੱਚ ਜਿੱਤਿਆ ਹੈਗਾ ਔਰ ਪਿੰਡ ਦਾ ਤੁਸੀਂ ਦੇਖ ਸਕਦੇ ਹੋ। ਮੈਂ ਕੈਮਰਾਮੈਨ ਨੂੰ ਕਹੂੰਗਾ ਇਸ ਸਾਈਡ ਨੂੰ ਤੁਸੀਂ ਕਰਕੇ ਦਿਖਾ ਸਕਦੇ ਹੋ ਕਿ ਇਹ ਜਿਹੜੀ ਪਾਰਕ ਹੈਗੀ ਆ ਕਿਸੇ ਆਮ ਪਿੰਡ ਦੇ ਵਿੱਚ ਮੇਰਾ ਖਿਆਲ ਕਦੇ ਵੀ ਦੇਖਣ ਨੂੰ ਤੁਹਾਨੂੰ ਨਹੀਂ ਮਿਲੂਗੀ, ਇੰਨੀ ਸੁੰਦਰਤਾ, ਇੰਨੀ ਸ਼ਾਲੀਨਤਾ ਔਰ ਇੰਨੀ ਕੁਦਰਤ ਜਿਹੜੀ ਇਸ ਪਾਰਕ ਦੇ ਵਿੱਚ ਵਸਦੀ ਆ ਤੁਸੀਂ ਦੇਖ ਸਕਦੇ ਹੋ, ਔਰ ਸਾਰਾ ਪਿੰਡ ਹੀ ਇਸੇ ਤਰ੍ਹਾਂ ਹੀ ਸਜਿਆ ਹੋਇਆ ਹੈ। ਇੱਕ ਤੁਸੀਂ ਹੋਰ ਦੇਖੋਗੇ ਜਿਹੜਾ ਸਾਡਾ ਇੱਕ ਵਿਸਰਦਾ ਜਾ ਰਿਹਾ ਵਿਰਸੇ ਦੇ ਵਿੱਚੋਂ ਕਿ ਸਾਡੇ ਪਿੰਡਾਂ 'ਚ ਪੁਰਾਤਨ ਸਮੇਂ 'ਚ ਸੱਥਾਂ ਹੁੰਦੀਆਂ ਸੀ ਬਜ਼ੁਰਗਾਂ 'ਤੇ ਬੈਠਣ ਵਾਸਤੇ। ਅੱਜ ਜਿਹੜੇ ਸਾਡੇ ਪਿੰਡ ਦੀਆਂ ਦੋਹਾਂ ਨੁੱਕਰਾਂ ਦੇ ਵਿੱਚ ਜਿਹੜੀ ਆ ਨਾ ਸੱਥ ਬਣੀ ਹੋਈ ਆ, ਬਕਾਇਦਾ ਉੱਥੇ ਬੈਂਚ ਲੱਗੇ ਹੋਏ ਨੇ, ਟੇਬਲ ਕੁਰਸੀਆਂ ਲੱਗੇ ਹੋਏ ਨੇ, ਲਾਈਟਾਂ ਦਾ ਪ੍ਰਬੰਧ ਹੈ, ਉਹਦੇ ਵਿੱਚ ਵੀ ਕੈਮਰੇ ਅਵੇਲੇਬਲ ਹੈ ਔਰ ਉੱਥੇ ਨਿਊਜ਼ ਪੇਪਰ ਔਰ ਮੈਗਜ਼ੀਨ ਜਿਹੜੇ ਆ ਉਹ ਕਰੰਟ ਜਿਹੜੇ ਆਉਂਦੇ ਆ ਡੇਲੀ ਉਹ ਅਵੇਲੇਬਲ ਹੁੰਦੇ ਨੇ। ਸਾਡੇ ਬਜ਼ੁਰਗ ਉੱਥੇ ਬੈਠ ਕੇ ਸੱਥਾਂ ਦੇ ਵਿੱਚ ਜਿਹੜਾ ਆ ਉਹ ਦੇਸ਼ ਵਿਦੇਸ਼ ਦੀਆਂ ਖਬਰਾਂ ਵੀ ਪੜ੍ਹ ਸਕਦੇ ਆ, ਗੱਪਸ਼ੱਪ ਵੀ ਮਾਰ ਸਕਦੇ ਆ, ਮਤਲਬ ਸੁੰਦਰੀਕਰਨ ਦਾ ਇੱਕ ਉਹ ਵੀ ਹਿੱਸਾ ਆ ਜੀ। ਸੁੰਦਰੀਕਰਨ ਤੋਂ ਯਾਦ ਆਇਆ ਕਿ ਸੁੰਦਰੀਕਰਨ ਦਾ ਨਮੂਨਾ ਹੈਗਾ ਇੱਕ ਪਿੰਡ ਮਾਨਕਾਂ, ਜ਼ਿਲ੍ਹਾ ਕਪੂਰਥਲਾ। ਇਸ ਪਿੰਡ ਦੇ ਨਾਲ ਮੇਰਾ ਖਿਆਲ ਤਿੰਨ ਜ਼ਿਲ੍ਹੇ ਤਾਂ ਅਟੈਚ ਹੋ ਜਾਂਦੇ ਆ, ਇਸ ਸਾਈਡ ਕਪੂਰਥਲਾ ਪੈ ਜਾਂਦਾ, ਇਸ ਸਾਈਡ ਨਵਾਂਸ਼ਹਿਰ ਪੈ ਜਾਂਦਾ, ਅਤੇ ਇਹ ਤੁਸੀਂ ਪੈਂਦੇ ਹੈਗੇ ਆ ਕਪੂਰਥਲੇ ਦੇ ਵਿੱਚ। ਸੋ ਬਾਕੀ ਗੱਲ ਹੈ ਕਿ ਜਿਹੜੀ ਸਦਭਾਵਨਾ ਹੈਗੀ ਆ ਉਹ ਇਸ ਪਿੰਡ ਵਿੱਚ ਬਹੁਤ ਹੀ, ਹਾਂ ਵਿਕਾਸ ਪੁਰਸ਼ ਬਹੁਤ ਆਪਣੇ ਆਪ ਨੂੰ ਲੋਕ ਕਹਾਉਂਦੇ ਨੇ। ਜੇ ਵਿਕਾਸ ਪੁਰਸ਼ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਇੱਕ ਵਾਰੀ ਪਿੰਡ ਮਾਨਕਾਂ ਦਾ ਗੇੜਾ ਜ਼ਰੂਰ ਮਾਰ ਲੈਣ, ਆਪਣੇ ਵਿਕਾਸ 'ਤੇ ਵੀ ਨਜ਼ਰ ਮਾਰ ਲੈਣ ਅਤੇ ਪਿੰਡ ਮਾਨਕਾਂ ਦੇ ਵਿਕਾਸ 'ਤੇ ਵੀ ਨਜ਼ਰ ਮਾਰ ਲੈਣ, ਫਿਰ ਪਤਾ ਲੱਗ ਜਾਏਗਾ ਵਿਕਾਸ ਕੀ ਹੁੰਦਾ ਅਤੇ ਵਿਕਾਸ ਪੁਰਸ਼ ਕੀ ਹੁੰਦੇ ਆ। ਕੱਢ ਦਿਓ ਇਹ ਸਾਰੇ ਪਿੰਡ 'ਚ ਇਸ ਤਰ੍ਹਾਂ ਦੇ ਦਰੱਖਤ ਲੱਗੇ ਹੋਏ ਨੇ ਸਾਰੇ ਪਿੰਡ ਦੇ ਵਿੱਚ। ਤੁਸੀਂ ਦੇਖ ਸਕਦੇ ਜਿਹੜੇ ਸੱਥ ਦਾ ਜ਼ਿਕਰ ਕੀਤਾ ਗਿਆ ਸੀਗਾ ਬੁਲਾਰੇ ਨੇ ਕਿ ਇੱਕ ਸੱਥਾਂ ਬਣੀਆਂ ਹੋਈਆਂ ਨੇ ਸਾਡੇ ਪਿੰਡ ਵਿੱਚ ਬਜ਼ੁਰਗਾਂ ਦੇ ਬੈਠਣ ਵਾਸਤੇ, ਇਹ ਉਸ ਸੱਥ ਦਾ ਜ਼ਿਕਰ ਹੈ ਉਸਦੀ ਤੁਹਾਨੂੰ ਅਸੀਂ ਤਸਵੀਰ ਮਤਲਬ ਦਿਖਾ ਰਹੇ ਹਾਂ। ਇੱਕ ਬੋਰਡ ਲੱਗਾ ਹੈ, ਮਾਨਕਾਂ ਵਾਲਿਆਂ ਦਾ ਹੱਕ ਬਣਦਾ ਕਿ ਪਿੰਡ ਮਾਨਕ ਵਿੱਚ ਤੁਹਾਡਾ ਸਵਾਗਤ ਹੈ। ਇਹ ਸੁੰਦਰਤਾ ਦੇਖ ਕੇ ਵਾਕਈ ਤੁਹਾਡਾ ਹੱਕ ਬਣਦਾ ਕਿ